सत श्री अकाल जी सारिया नूं। अज तुहाडे नाल बड़े डूंघे इतिहास बारे असी गल करन जा रहे हैं। योगी मंजे बारे, मंजा एक इहो जी चीज़ है जो कि अपने इतिहास नाल बड़े चिर तो जुड़िया होया है, पुराने टाइम तो जुड़िया होया, जो कि ये चार ये पावे होंगे आ, चार ही यदि बाहियां होंदियां, जो कि इहनूं पहलां सब तो पहलां इहनां नूं घड़िया जांदा है। इस नूं कौन घड़दे आ? पुराने जमाने दे विच इस नूं तरखाण घड़दे होंदे सी, पर अज कल दे समें दे विच इस नूं कोई भी घड़ सकदा है ते जां मशीनां दे नाल इस नूं बना सकदा है। इस नूं बनाउण लई बहुत मेहनत लगती है। तो बाकी आपां जे गल करिए लकड़ दी, इस नूं कीड़ी लकड़ लगती है? इस नूं मजबूत लकड़ लगती है, क्योंकि जिहड़ी पोली लकड़ आ उह इस ते यूज नहीं हुंदी, क्योंकि इस उत्ते ਆਪਾਂ ਕਾਫੀ ਸੌਂ ਵੀ ਸਕਦੇ ਹਾਂ, ਭਾਰ ਹੁੰਦਾ ਆ, ਇਸ ਕਰਕੇ ਉਹ ਲੱਕੜ ਪੋਲੀ ਹੋਵੇ ਤਾਂ ਟੁੱਟ ਸਕਦੀ ਆ। ਇਹ ਜਿਹੜੀ ਲੱਕੜ ਇਹਦੇ ਵਿੱਚ ਲੱਗਦੀ ਆ ਉਹ ਹੁੰਦੀ ਟਾਹਲੀ ਦੀ ਸਫੈਦੇ ਦੀ ਜਾਂ ਕਿੱਕਰ ਦੀ, ਕਿਉਂਕਿ ਇਹ ਲੱਕੜਾਂ ਜਿਹੜੀਆਂ ਮਜ਼ਬੂਤ ਹੁੰਦੀਆਂ ਉਹੀ ਆਪਾਂ ਮੰਜੇ ਲਈ ਯੂਜ਼ ਕਰ ਸਕਦੇ ਹਾਂ। ਅਤੇ ਜੇ ਆਪਾਂ ਗੱਲ ਕਰੀਏ ਆਪਾਂ ਵਧੀਆ ਲੱਕੜ ਲੈਣੀ ਆ ਉਹ ਹੁੰਦੀ ਹੈ ਚੰਦਨ ਦੀ ਲੱਕੜ, ਕਿਉਂਕਿ ਉਹ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮਿਲਣੀ ਬਹੁਤ ਔਖੀ ਆ। ਜੇ ਮਿਲ ਵੀ ਜਾਂਦੀ ਆ ਤਾਂ ਉਹਦਾ ਰੇਟ ਬਹੁਤ ਹੁੰਦਾ ਹਾਈ, ਅਤੇ ਇਸ ਕਰਕੇ ਉਹ ਆਪਾਂ ਖਰੀਦ ਵੀ ਨਹੀਂ ਸਕਦੇ। ਅਤੇ ਜੇ ਉਹ ਆਪਾਂ ਖਰੀਦ ਲਈਏ ਤਾਂ ਉਹ ਲੱਕੜ ਤਾਂ ਸਭ ਨਾਲੋਂ ਵਧੀਆ, ਉਹਦੀਆਂ ਦਾ ਕਿਆ ਬਾਤ ਆ ਜੀ, ਉਹ ਤਾਂ ਬਹੁਤ ਵਧੀਆ ਲੱਕੜ ਆ। ਪਰ ਨੋਰਮਲੀ ਜਿਹੜੀਆਂ ਟਾਹਲੀ ਕਿੱਕਰ ਅਤੇ ਸਫੈਦੇ ਨਾਲ ਮੰਜਾ ਬਣਾਇਆ ਜਾਂਦਾ ਹੈ। ਇਹ ਚਾਰ ਪਾਈ ਸਭ ਤੋਂ ਪਹਿਲਾਂ ਬਣਾਈ ਗਈ ਸੀ ਇਬਨ ਬਤੂਤਾ ਦੇ ਹੱਥੀਂ, ਜੋ ਉਹ ਖੁਦ ਮੀਰਕੋ ਦਾ ਰਹਿਣ ਵਾਲਾ ਸੀ। ਇਤਿਹਾਸ ਅੱਜ ਵੀ ਇਹ ਗੱਲ ਨੂੰ ਪਰਮਾ ਹੁੰਗਾਰਾ ਦੇ ਰਿਹਾ ਹੈ ਕਿ ਉਹ ਚਾਰ ਪਾਵੇ ਚਾਰ ਬਈਆਂ ਜੋ ਕਿ ਰੱਸੀ ਵਿੱਚ ਵੱਜ ਜਾਂਦੀਆਂ ਹਨ ਅਤੇ ਫਿਰ ਮਨ ਬਣਦਾ ਹੈ। ਦੂਜੀ ਆਪਾਂ ਗੱਲ ਕਰੀਏ ਕਿ ਇਸ ਦੇ ਨਾਵਾਂ ਦੀ, ਇਸ ਨੂੰ ਕਈ ਨਾਵਾਂ ਦੇ ਵਿੱਚ ਪੁਕਾਰਿਆ ਜਾਂਦਾ ਹੈ, ਜਿਵੇਂ ਕਿ ਮੰਜਾ, ਪਿਲੰਗ, ਖਾਟ ਆਦਿ ਦੇ ਨਾਮ ਦੇ ਨਾਲ ਵੀ ਪੁਕਾਰਿਆ ਜਾਂਦਾ ਹੈ ਮੰਜੇ ਨੂੰ। ਇਹ ਮੰਜਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਸਰਾਹ ਕੱਢੇ ਜਾਂਦੇ ਹਨ, ਜੋ ਕਿ ਸੱਥੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਇਹਦੇ ਵਿੱਚ ਇੱਕ ਵੀ ਸੂਤਰ ਦਾ ਫਾਸਲਾ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਇਹਨੂੰ ਫਿੱਟ ਕਰਨਾ। ਜੇ ਇਹਦੇ ਵਿੱਚ ਫਾਸਲਾ ਹੋ ਗਿਆ ਤਾਂ ਇਹ ਮੰਜਾ ਕਾਮਯਾਬ ਨਹੀਂ ਹੋ ਸਕਦਾ, ਤਾਂ ਜੋ ਇਹਨੂੰ ਆਪਾਂ ਨੂੰ ਪੂਰਾ ਹੀ ਪ੍ਰੋਪਰ ਤਰੀਕੇ ਨਾਲ ਫਿੱਟ ਕਰਨਾ ਪੈਣਾ ਤਾਂ ਜੋ ਇਹ ਮੰਜਾ ਕਾਮਯਾਬ ਹੋ ਸਕੇ। ਇਸ ਮੰਜੇ ਨੂੰ ਹੋਰ ਵੀ ਵਧੀਆ ਬਣਾਉਣ ਲਈ ਇਸ ਉੱਤੇ ਪਾਲਿਸ਼ ਕੀਤੀ ਜਾਂਦੀ ਹੈ ਤਾਂ ਜੋ ਇਸ ਉੱਤੇ ਛੇਕ ਨਾ ਲੱਗੇ, ਮੰਜਾ ਖਰਾਬ ਨਾ ਹੋਵੇ, ਲੱਕੜ ਖਰਾਬ ਨਾ ਹੋਵੇ, ਇਸ ਕਰਕੇ ਇਹਦੇ ਉੱਤੇ ਪਾਲਿਸ਼ ਕੀਤੀ ਜਾਂਦੀ ਹੈ। ਜਿਵੇਂ ਕਿ ਇਸ ਨੂੰ ਬਣਾਉਣ ਵੇਲੇ ਸਾਣ, ਸੂਤਰ, ਵਾਣ, ਹੋਰ ਵੀ ਕਈ ਪ੍ਰਕਾਰ ਦੇ ਜੋ ਕਿ ਰੱਸੀਆਂ ਇਹਦੇ 'ਤੇ ਯੂਜ਼ ਕੀਤੀਆਂ ਜਾਂਦੀਆਂ ਹਨ। ਇਹਦੇ ਵਿੱਚ ਆਪਾਂ ਫੁੱਲ ਬੱਟੀਆਂ ਆਪਣੇ ਪ੍ਰਕਾਰ ਦੇ ਹਿਸਾਬ ਦੇ ਨਾਲ, ਤੁਸੀਂ ਕਾਰੀਗਰ ਆਪਣੇ ਹਿਸਾਬ ਦੇ ਨਾਲ ਇਹਨੂੰ ਬਦਲ ਸਕਦਾ, ਸੋਹਣੀਆਂ ਸੋਹਣੀਆਂ ਬਣਾ ਸਕਦਾ। ਪਾਵੇ ਦਾ ਵੀ ਇਹ ਮੰਜੇ 'ਚ ਬਹੁਤ ਮਹੱਤਵਪੂਰਨ ਕਾਰਨ ਆ ਜੀ। ਜਿਸ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਨ ਵੇਲੇ ਇਹਨੂੰ ਮਸ਼ੀਨ ਦੇ ਵਿੱਚ ਲਗਾਇਆ ਜਾਂਦਾ ਹੈ, ਸੱਥਿਆ ਜਾਂਦਾ ਹੈ, ਉਸ ਤੋਂ ਬਾਅਦ ਇਸ ਨੂੰ ਸੱਤੀ ਦੇ ਨਾਲ ਇਸ ਨੂੰ ਰਗੜਿਆ ਜਾਂਦਾ ਹੈ ਅਤੇ ਇਸ ਵਿੱਚ ਡਿਜ਼ਾਇਨ ਬਣਾਏ ਜਾਂਦੇ ਹਨ, ਜਿਸ ਤਰ੍ਹਾਂ ਤੁਸੀਂ ਆਹ ਦੇਖ ਸਕਦੇ ਹਾਂ। ਇੱਥੋਂ ਪਤਲਾ ਬਣਾਇਆ, ਇਹਦੇ ਨਾਲ ਆਪਾਂ ਰਗੜ ਕੇ ਉਸ ਨਾਲ ਸੱਤੀ ਦੇ ਨਾਲ, ਅਤੇ ਇਹ ਚਾਹੇ ਡਿਜ਼ਾਇਨ ਆਪਾਂ ਤਿਆਰ ਕਰ ਸਕਦੇ ਵੱਖਰੇ ਵੱਖਰੇ ਤਰ੍ਹਾਂ ਦੇ, ਅਤੇ ਤਾਂ ਜੋ ਆਪਾਂ ਨੂੰ ਇਹ ਚੱਕਣ ਵਿੱਚ ਵੀ ਸੌਖਾ ਲੱਗੇ। ਬਾਕੀ ਆਪਾਂ ਗੱਲ ਕਰਦੇ ਹਾਂ ਸੰਮ ਦੀ, ਤਾਂਬੇ ਦਾ ਸੰਮ ਆ ਜਿਹੜਾ ਲੱਗਾ ਹੋਇਆ ਆ, ਸੋਹਣਾ ਲੱਗਦਾ ਆ ਦੇਖਣ ਨੂੰ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਖੂੰਡੇ ਹੁੰਦੇ ਸੀ ਖੂੰਡਿਆਂ ਉੱਤੇ ਲਗਾਇਆ ਜਾਂਦਾ ਸੀ, ਅਤੇ ਮਹਾਰਾਜੇ ਜਿਹੜੇ ਹੁੰਦੇ ਸੀ ਪੁਰਾਣੇ ਟਾਈਮ ਦੇ ਉਹਨਾਂ ਦੇ ਜਿਹੜੇ ਮੰਜੇ ਹੁੰਦੇ ਸੀ ਉਹਨਾਂ ਉੱਤੇ ਲਗਾਇਆ ਜਾਂਦਾ, ਇਹ ਸੋਹਣਾ ਲੱਗਦਾ। ਅਤੇ ਦੂਜੇ ਨੰਬਰ 'ਤੇ ਤਾਂ ਲਗਾਇਆ ਜਾਂਦਾ ਆ, ਆਹ ਨੜ ਲੱਗੇ ਹੋਏ ਤੁਸੀਂ ਦੇਖ ਸਕਦੇ ਹਾਂ, ਇਹ ਮਜ਼ਬੂਤੀ ਲਈ ਵੀ ਹੈਗਾ ਆ, ਕਿਉਂਕਿ ਇਹਦੇ ਵਿੱਚ ਤੇੜ ਵੀ ਆ ਜਾਂਦੀ ਹੁੰਦੀ ਆ ਕਈ ਵੇਲੇ, ਕਿਉਂਕਿ ਇਹ ਤਾਂ ਲਗਾਇਆ ਵੀ ਇਹਦੇ ਵਿੱਚ ਤੇੜ ਨਾ ਆਵੇ। ਇਸ ਉੱਤੇ ਸੰਮ ਲਗਾਇਆ ਜਾਂਦਾ ਆ ਤਾਂਬੇ ਦਾ, ਅਤੇ ਇਹ ਇੱਕ ਸ਼ਾਹੀ ਰੂਪ ਧਾਰ ਲੈਂਦਾ ਆ। ਗੱਲ ਕਰਦੇ ਹਾਂ ਜੀ ਮੰਜੇ ਦੀ, ਮੰਜਾ ਬਹੁਤ ਹੀ ਮਹੱਤਵਪੂਰਨ ਹੈ, ਪੰਜਾਬੀਆਂ ਦੇ ਇਤਿਹਾਸ ਵਿੱਚ ਮੰਨਿਆ ਜਾਂਦਾ ਹੈ। ਬਾਕੀ ਇੱਕ ਹੋਰ ਸਾਡੇ ਧਾਰਮਿਕ ਇਤਿਹਾਸ ਨਾਲ ਸੰਬੰਧ ਹੈ, ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਹਿਲੇ ਦਿਨ ਤੋਂ ਅੱਜ ਤੱਕ ਮੰਜੀ ਸਾਹਿਬ ਉੱਤੇ ਸੰਘਾਸ਼ਨ ਗ੍ਰਹਿਣ ਕਰਦਾ ਅਤੇ ਸਜਦਾ ਹੈ। ਗੱਲ ਕਰਦੇ ਹਾਂ ਮੰਜੇ ਦੀ, ਮੰਜਾ ਸਾਡਾ ਖੁਸ਼ੀ ਦੇ ਵੇਲੇ ਦਾ ਸਾਥ ਛੱਡਦਾ ਹੀ ਨਹੀਂ ਕਦੀ ਵੀ, ਅਤੇ ਆਪਾਂ ਗੱਲ ਕਰਦੇ ਹਾਂ ਗਮੀ ਵੇਲੇ ਦੀ। ਗਮੀ ਵੇਲੇ ਦੀ ਗੱਲ ਇਸ ਤਰ੍ਹਾਂ ਹੈ ਜੀ, ਜਦੋਂ ਆਪਣੀ ਯਾਤਰਾ ਪੂਰੀ ਹੋ ਜਾਂਦੀ ਆ, ਬੰਦੇ ਦਾ ਸਮਾਂ ਪੂਰਾ ਹੋ ਜਾਂਦਾ ਆ, ਅਤੇ ਇਹਦੇ 'ਤੇ ਲਾਸਟ ਜਿਹੜਾ ਸਤਿਕਾਰ ਆ ਉਹ ਵੀ ਮੰਜੇ 'ਤੇ ਹੀ ਕੀਤਾ ਜਾਂਦਾ ਹੈ। ਚਾਰ ਪਾਈਆਂ, ਚਾਰ ਹੀ ਬਾਹੀਆਂ ਨਾਲ ਮਿਲਾਈਆਂ ਰੱਸੀਆਂ, ਵੱਜਿਆ ਸੰਪੂਰਨ ਸ਼ਾਹੀ ਮੰਜਾ, ਇਹੀ ਇੱਕ ਮਿਸਾਲ ਦਿੰਦਾ ਹੈ ਏਕਤਾ ਦੀ, ਇੱਕ ਹੋ ਕੇ ਰਹੋ ਪੰਜਾਬੀਓ, ਅਨੇਕਾਂ ਹੋਣਗੀਆਂ ਭਰਾਵੋ ਆਪਣੀਆਂ ਤਰੀਫਾਂ, ਕੁੱਟ ਕੇ ਪੋਚ ਲੈਣਾ, ਅਸੀਂ ਹਾਂ ਗਰੀਬ ਨੀ ਤੂੰ ਕੁੜੀ ਹੈ ਅਮੀਰਾਂ ਦੀ, ਗਹਿਣਿਆਂ ਨਾਲ ਲੱਦੀ ਹੋਈ ਮਾਲਕ ਜਗੀਰਾਂ ਦੀ, ਸੂਟ ਖੱਦਰ ਦੇ ਵੰਡ ਵੱਡ ਖਾਣਗੇ, ਨੀ ਰੇਸ਼ਮ ਹੰਢਾਉਣ ਵਾਲੀ ਏ, ਤੈਨੂੰ ਵਾਣ ਦਾ ਮੰਜਾ ਚੰਗਾ ਲੱਗਣਾ, ਨੀ ਪਲਗਾਂ 'ਤੇ ਸੌਣ ਵਾਲੀ ਏ।